वाहिगुरु जी का खालसा, वाहिगुरु जी की फतेह। दसा पातशाहियां दी हाजरा हजूर जोग साहिब श्री गुरु ग्रंथ साहिब जिया की पावन छत्र छाया हेठ शाम के दीवाना दिया आप जी हाजरिया भर रहे हो। आओ इस बटभागड़े समय को सफला करिए। सतगुरां दी पावन अगाध बोध कथा जिस विचों आप जी ने सरवण कीता, गुरु नानक साहिब जी महाराज अकाल पुरख दे परथाए निज दी निम्रता रख के अरदास बेनती अरजोई ते अपना हाल दसदे ने। मैं कीता ना जाता हराम खोर, क्या मोहे देसा आकै दुष्ट जोर। अत्यंत निम्रता दे तल ते आके भाई लहना जी दे सन्मुख सतगुरु जी इस शब्द नूं गा रहे ने। अंतम सत्रां दे विच आखिया नानक नीच कहै वीचार, जिन्हां दे जीवन विच कर्म बुरे ने उपरोक्त शब्द विच पातशाह ने उन्हां दी संग्या दा बयान कीता है, भावे कि उह शब्द अपनी निम्रता नूं रख के उचारे। गुरु नानक पातशाह जी दे कोलो सुन सुन के भाई लहना अश्चर्ज हन, साहिब की आख रहे हो। एक लवास ऐसा बनाया होया है, दूजा शब्द श्री राग दा एडा भावुकता वाला है। इन्हां कसवटियां नूं भावे भाई लहना जी समझ नहीं पा रहे, पर झल जरूर रहे। इथों तक आप जी ने पावन प्रकरणा दा आनंद माणिया है। आओ सुरत ध्यान करके चलिए करतारपुर साहिब दी सरजमी ते, गज वज के आखो जी सतनाम श्री वाहिगुरु साहिब जी, सतनाम श्री वाहिगुरु साहिब जी। राग अलाप उच्च सुर सथ, पढ़त शब्द फिर ही जगन्नाथ। श्री राग दे विच गुरु नानक पातशाह ने के शब्द गाया, एक स्वान दोए स्वामी नाल, भलके भौके सदा रहा। कूड़ छुरा मुठा मुरदार, तानक रूप रहा करतार। इन्हां वचनां नूं गरीबनवाज बार बार बारंबार गायन कर रहे ने अपनी मौज विच अपने आनंद विच। बड़ी देर तक सतगुरां ने भावक रसना तो ये वचन गाए। भाई लहना जी पिछे खड़े सतगुरां, गुरु नानक पातशाह ने वेख्या भी सारे सिख दौड़ गए, भाई लहना इत्थे ही है। क्योंकि जदों पातशाह गाउंदे ने उदों अपने आप दी सोची ने, ये प्रेम दी निशानी है। तुसी भिज के बाणी पढ़ रहे हो, तुहानू नहीं पता दुनिया च की हो रहा है।
ਕਿਸੇ ਵੀ ਚੀਜ਼ ਵਿੱਚ ਵਸਤੂ ਵਿੱਚ ਪਦਾਰਥ ਓਬਜੈਕਟ ਦੇ ਨਾਲ ਤੁਸੀਂ ਜੁੜ ਗਏ ਹੋ ਨਾ, ਤੁਹਾਡੀ ਇਕਾਗਰਤਾ ਤਾਂ ਵੱਡੀ ਹੈ ਜੇ ਤੁਹਾਨੂੰ ਆਸੇ ਪਾਸੇ ਦਾ ਕੁਝ ਸ਼ੋਰ ਹੀ ਨਹੀਂ ਸੁਣਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਿਆਰ ਵਿੱਚ ਭਿੱਜ ਕੇ ਇਹ ਸ਼ਬਦ ਗਾਉਂਦੇ ਨੇ, ਭਾਈ ਲਹਿਣਾ ਜੀ ਨੇ ਕੋਈ ਸਾਹ ਵੀ ਨਾ ਕੱਢਿਆ, ਚੁੱਪ ਸ਼ਾਂਤ ਖੜੇ ਆ ਜੀ ਜੰਗਲ 'ਚ। ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ, ਬੁਲਾਇਆ, ਪਿੱਠ ਭਾਈ ਲਹਿਣੇ ਵੱਲ ਕੀਤੀ ਹੈ। ਗਮਨੇ ਜਹਾਂ ਉਜਾਰ ਮਹਾਨਾ ਪਰਮਾਨ ਮੁਖ ਤੇਜ ਦੀਪਾਨਾ। ਗੁਰੂ ਨਾਨਕ ਸਾਹਿਬ ਜੀ ਆ ਪਿੱਠ ਕੀਤੀ, ਵਾਪਸ ਹੋ ਗਏ ਜੰਗਲ ਵਾਲੇ ਪਾਸੇ। ਇੱਕ ਵਾਰ ਵੀ ਨਹੀਂ ਪੁੱਛਿਆ, ਲੈਣੇ ਆ ਤੂੰ ਵਾਰ ਵਾਰ ਸਾਡੇ ਪਿੱਛੇ ਕਿਉਂ ਆਉਣਾ। ਚੁੱਪ ਚੁਪੀਤੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੰਗਲ ਵਿੱਚ ਆਏ ਬੈਠੇ ਨੇ। ਸ਼ਿਕਾਰੀਆਂ ਵਾਲਾ ਲਿਬਾਸ ਬਣਾਇਆ, ਤਿੱਖਾ ਛੁਰਾ ਪਾਇਆ ਹੋਇਆ, ਲੱਕ ਨਾਲ ਰੱਸੇ ਲਪੇਟੇ ਪੁੱਠੇ ਸੱਜੇ, ਆਪਣੇ ਚੂੜੇ ਤੇ ਚਾਦਰੇ ਨੂੰ ਏਦਾਂ ਪਾੜ ਪਾੜ ਕੇ ਲੀਰਾਂ ਇਕੱਠੀਆਂ ਕੀਤੀਆਂ ਹੋਈਆਂ ਨੇ। ਦੋ ਗਜ ਦਾ ਟੁਕੜਾ ਸੀਸ ਤੇ ਬੰਨਿਆ, ਕੁੱਤੇ ਤੇ ਕੁੱਤੀਆਂ, ਸੂਰ ਤੇ ਸੂਰੀਆਂ ਗੁਰੂ ਪਾਤਸ਼ਾਹ ਸ਼ਿਕਾਰੀ ਨਾਲ ਲੈ ਕੇ ਵਿਚਰ ਰਹੇ ਨੇ। ਸ਼ਿਕਾਰੀਆਂ ਵਾਲਾ ਲਿਬਾਸ ਬਣਾ ਕੇ ਜੰਗਲ ਵਿੱਚ ਚੌਂਕੜਾ ਲਾਇਆ ਏ। ਉਗਰ ਸਰੂਪ ਨ ਜਾਏ ਬਿਲੋਕੇ, ਸਨਮੁਖ ਰਵ ਜਿਉਂ ਦ੍ਰਿਸ਼ਟੀ ਰੋਕੇ। ਸਾਧੂਆਂ ਦੀ ਇਹ ਬੇਰੁਖੀ, ਉਗਰ ਤੇ ਭਿਆਨਕ ਸਰੂਪ ਭਾਈ ਲਹਿਣਾ ਦੀ ਦੱਸਦੇ ਆ। ਕਹਿੰਦੇ ਵੇਖ ਕੇ ਝੱਲਿਆ ਨਹੀਂ ਸੀ ਜਾਂਦਾ, ਇੱਕਦਮ ਹਟ ਕੇ ਸੁਭਾਅ। ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਦੇ, ਸਿੱਖ ਤਿਆਈ ਦਿਪਤਾ ਵੇਖ ਗੁਰੂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਅੱਜ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਇੰਨੇ ਬੇਰੁਖੇ ਹੋ ਗਏ ਸੁਭਾਅ ਕਰਕੇ, ਬੁਲਾਉਂਦੇ ਨਹੀਂ ਕਿਸੇ ਨੂੰ। ਲਿਬਾਸ ਇਹੋ ਜਿਹਾ ਬੇਹੂਦਰਾ ਜਿਹਾ ਬਣਾਇਆ ਹੋਇਆ ਜੋ ਅੱਜ ਤੱਕ ਕੋਈ ਸੋਚ ਵੀ ਨਹੀਂ ਸੀ ਸਕਦਾ। ਭਾਈ ਲਹਿਣਾ ਜੀ ਦੱਸ ਰਹੇ ਨੇ, ਕਹਿੰਦੇ ਸਤਿਗੁਰਾਂ ਦਾ ਰੂਪ ਨਹੀਂ ਸੀ ਝੱਲਿਆ ਜਾ ਰਿਹਾ, ਜਿਵੇਂ ਸੂਰਜ ਵੱਲ ਨਹੀਂ ਵੇਖਿਆ ਜਾਂਦਾ ਨਾ। ਕਹਿੰਦੇ ਚਿਹਰੇ ਤੇ ਰੰਗਤ ਬੜੀ ਹੈ ਤੇ ਲਿਬਾਸ ਬੜਾ ਭਿਆਨਕ ਖਤਰਨਾਕ ਹੈ, ਵੇਖ ਕੇ ਡਰ ਲੱਗਦਾ ਏ। ਇਸ ਬਿਦ ਕੀਤਕ ਕਾਲ ਬਿਤਾਇਓ, ਬਚ ਲਹਿਣੇ ਕਰ ਜੋਰ ਲਾਇਓ। ਸਾਰਾ ਦਿਨ ਤੇ ਸਾਰੀ ਰਾਤ ਸਤਿਗੁਰੂ ਜੰਗਲ ਚ ਰਹੇ, ਨਾ ਇਸ਼ਨਾਨ ਕੀਤਾ ਨਾ ਵਾਪਸ ਆਏ ਕਰਤਾਰਪੁਰ ਸਾਹਿਬ। ਕਹਿੰਦੇ ਭਾਈ ਲਹਿਣਾ ਜੀ ਚੁੱਪ ਚਾਪ ਭੁੱਖੇ ਪਿਆਸੇ ਮੌਜ ਵਿੱਚ ਖੜੇ ਆ, ਪਤਾ ਨੀ ਕਿੰਨੇ ਦਿਨ ਹੋ ਰੋਟੀ ਖਾਧੇ। ਗੁਰੂ ਨਾਨਕ ਸਾਹਿਬ ਜੀ ਆ ਦੂਜੇ ਦਿਨ ਵੇਖਿਆ ਵੀ ਭਾਈ ਲਹਿਣਾ ਇੱਥੇ ਖੜੇ ਆ। ਸਤਿਗੁਰਾਂ ਨੇ ਫਿਰ ਕੋਈ ਨਿਮਰਤਾ ਦਾ ਸ਼ਬਦ ਨਹੀਂ ਵਰਤਿਆ, ਕਿਉਂਕਿ ਕਸਵੱਟੀ ਚੱਲ ਰਹੀ ਹੈ, ਕੋਈ ਅਦਬ ਸਤਿਕਾਰ ਨਹੀਂ ਦਿੱਤਾ। ਇਹ ਉਹ ਗੁਰੂ ਨਾਨਕ ਸਾਹਿਬ ਜੀ ਨੇ ਜਿੱਦਣ ਭਾਈ ਲਹਿਣਾ ਦੀ ਘੋੜੀ ਚੜ੍ਹ ਕੇ ਆਏ ਪਹਿਲੀ ਵਾਰ, ਤੇ ਗੁਰੂ ਬਾਬਾ ਜੀ ਵਾਂਗਾ ਫੜ ਕੇ ਜਾ ਰਹੇ ਆ ਜੀ। ਐਡਾ ਰੁਤਬਾ, ਇੰਨਾ ਸਤਿਕਾਰ ਆਪਣੇ ਸਿੱਖ ਨੂੰ ਦੇਣ ਵਾਲੇ, ਅੱਜ ਉਹ ਸੱਜੀ ਸਰਕਾਰ ਭਾਈ ਲਹਿਣੇ ਨੂੰ ਕਹਿੰਦੇ ਉਹ ਲਹਿਣੇ ਆ ਕੀ ਕਰਦਾ ਇੱਥੇ। ਇਹ ਸ਼ਬਦ ਬੇਰੁਖੀ ਵਾਲੇ ਆ, ਕੌੜੇ ਆ, ਪਰ ਜਿਹਦੇ ਅੰਦਰ ਪ੍ਰੇਮ ਆ ਨਾ ਉਹਨੂੰ ਚੁੱਭਦੇ ਨਹੀਂ ਆ ਉਹ ਸਤਿਗੁਰ। ਉਹ ਇਹ ਜਾਣਦੇ ਭਾਈ ਲਹਿਣਾ ਜੀ ਕਹਿੰਦੇ ਇੰਨੀ ਬੇਰੁਖੀ ਵਿੱਚ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਵੇਖ ਰਹੇ ਆ, ਫਿਕਰ ਕਰ ਰਹੇ ਆ ਮੇਰਾ। ਦੇਖੋ ਸਮਝਣ ਦੇ ਦੋ ਨਜ਼ਰੀਏ, ਕਿਸੇ ਨੇ ਤੁਹਾਨੂੰ ਸਮਝਾਇਆ ਤੇ ਮੇਰੇ ਵਰਗੇ ਨੂੰ ਗੁੱਸਾ ਆ ਗਿਆ ਵੀ ਹਾਂ ਹਾਂ ਇਹ ਹੁੰਦਾ ਕੌਣ ਆ ਮੈਨੂੰ ਮਦਦ ਦੇਣਾ, ਤੇ ਇੱਕ ਨੇ ਇਸ ਗੱਲ ਨੂੰ ਹੱਸ ਕੇ ਟਾਲਤਾ ਤੇ ਖੁਸ਼ੀ ਮਨਾਈ। ਸ਼ੁਕਰ ਹੈ ਐਡੀ ਵੱਡੀ ਦੁਨੀਆ, ਅਰਬਾਂ ਖਰਬਾਂ ਲੋਕ ਰਹਿੰਦੇ ਆ, ਕੋਈ ਤੇ ਮੇਰਾ ਫਿਕਰ ਕਰਦਾ ਖੁਸ਼ਾ, ਕੋਈ ਤੇ ਮੈਨੂੰ ਬੁਰੇ ਕੰਮਾਂ ਤੋਂ ਰੋਕਦਾ ਨਾ, ਇਹ ਸੋਚ ਦਾ ਹੀ ਫਰਕ ਹੈ ਬਸ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈਣੇ ਆ ਤੂੰ ਇੱਥੇ ਵੀ ਕਰਨਾ ਹੈ, ਇਹ ਕਰਤਾਰਪੁਰ ਸਾਹਿਬ ਨਹੀਂ ਤੇਰਾ, ਇਹ ਜੰਗਲ ਹੈ, ਜੰਗਲ ਵਿੱਚ ਸ਼ਿਕਾਰੀ ਤੇ ਜਾਨਵਰ ਹੁੰਦੇ ਆ, ਤੇਰਾ ਕੰਮ ਕੀ ਹੈ। ਸੁਣਿਓ ਪ੍ਰਭੂ ਜੋ ਸੰਗ ਅਰੰਭਾ, ਸਰਬ ਬਿਲੋਕਤ ਭਏ ਅਚੰਬਾ। ਉਸ ਵੇਲੇ ਭਾਈ ਲਹਿਣਾ ਜੀ ਦੇ ਬਚਨ ਪਤਾ ਕੀ ਸੀ ਗੁਰੂ ਨਾਨਕ ਸਾਹਿਬ ਜੀ ਦੇ? ਸਾਨੂੰ ਦੋਨੇ ਹੱਥ ਜੋੜ ਕੇ ਆਖਣ ਲੱਗੇ, ਸੁਣੋ ਪ੍ਰਭੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆ, ਬੇਨਤੀ ਕਰਦਾ ਆ ਜੋ ਤੁਸੀਂ ਸਵਾਂਗ ਬਣਾਇਆ
ਸਵਾਂਗ ਦੇ ਅਰਥ ਬਹੁਤ ਨੇ। ਪਖੰਡ ਵੀ ਹੈ, ਬਹਿਰੂਪੀਆਪਣ ਵੀ ਹੈ, ਦਿਖਾਵਾ ਵੀ ਹੈ। ਕਿਉਂਕਿ ਪਖੰਡ ਦਾ ਮੀਨਿੰਗ ਇਹ ਹੁੰਦਾ ਹੈ ਵੀ ਜੋ ਦਿਸਦਾ ਉਹ ਹੈ ਨਹੀਂ। ਮੰਨ ਲਓ ਮੈਂ ਲੋਕਾਂ ਨੂੰ ਕਹਾਂ ਮੈਂ ਬ੍ਰਹਮ ਗਿਆਨੀ, ਮੈਂ ਸੰਤ, ਮੈਂ ਗੁਰਮੁਖ, ਪਰ ਮੇਰੇ ਜੀਵਨ ਦੇ ਨੇੜੇ ਤੇੜੇ ਚੀਜ਼ਾਂ ਹੋਣ ਨਾਲ ਤੇ ਮੈਂ ਲਿਖਾਈ ਫਿਰਾਂ, ਪਖੰਡ ਨਹੀਂ ਹੈ। ਜੋ ਦਿਸ ਰਿਹਾ ਹੈ ਉਹ ਸੱਚ ਨਹੀਂ ਹੈ। ਜਿਨ੍ਹਾਂ ਦੇ ਜੀਵਨ ਵਿੱਚ ਬੰਦਗੀ ਹੈ ਉਹ ਕਦੇ ਦਿਖਾਵੇ ਕਰਦੇ ਆ ਜੀ? ਉਹ ਕਿਸੇ ਨੂੰ ਆ ਕੇ ਕਹਿੰਦੇ ਮੈਂ 12:15 ਉੱਠਦਾ, ਸਾਨੂੰ ਆਦਤ ਹੈ, ਅਸੀਂ 4 ਬੰਦਿਆਂ 'ਚ ਬਹਿ ਕੇ ਦੱਸਣਾ ਹੁੰਦਾ ਵੀ ਬਾਈ ਤੁਸੀਂ ਸੋਜੋ, ਮੈਂ ਤਾਂ ਸਵੇਰੇ 4 ਉੱਠਣਾ। ਤੁਹਾਨੂੰ ਇਹਨਾਂ ਦੀ ਇੰਪ੍ਰੈਸ਼ਨ ਵਧੀਆ ਪਵੇ, ਇਹ ਕਹਿਣ ਯਾਰ ਇਹਤੇ ਬਹੁਤ ਕਿਰਪਾ ਹੈ। ਤੁਸੀਂ ਕਹੋਗੇ ਕਿਉਂ ਕਿਹਾ? ਕਹਿੰਦੇ ਬੰਦਗੀ ਵਾਲੀਆਂ ਰੂਹਾਂ ਕੋਲ ਬਹਿ ਕੇ ਵੇਖਿਓ, ਉਹ ਜ਼ਿਕਰ ਹੀ ਨਹੀਂ ਕਰਦੇ ਕਿਸੇ ਨਾਲ। ਉਹ ਕਹਿੰਦੇ ਪਰਸਨਲ ਮੈਟਰ ਹੈ, ਅੰਮ੍ਰਿਤ ਵੇਲੇ ਜਾਗਣਾ ਨਹੀਂ ਜਾਗਣਾ, ਨਾਮ ਜਪਣਾ ਨਹੀਂ ਜਪਣਾ, ਇਹ ਤੇ ਸਾਡਾ ਗੁਰੂ ਜਾਣਦਾ ਜਾਂ ਅਸੀਂ ਜਾਣਦੇ ਹਾਂ, ਲੋਕਾਂ ਨੂੰ ਦੱਸ ਕੇ ਕੀ ਲੈਣਾ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਤੁਸੀਂ ਸਵਾਂਗ ਰਚਿਆ, ਦਿਖਾਵਾ ਕੀਤਾ ਹੋਇਆ, ਅਡੰਬਰ ਬਣਾਇਆ ਹੋਇਆ, ਪਾਤਸ਼ਾਹ ਇਹ ਤੁਸੀਂ ਭਰਮਾਉਣ ਲਈ ਬਣਾਇਆ, ਪਰ ਤੁਹਾਡੀ ਕਿਰਪਾ ਸਦਕਾ ਮੈਂ ਭਰਮਣਾ ਨਹੀਂ ਆ, ਸਦਨਾਮ ਵਾਹਿਗੁਰੂ ਮੈਂ ਨਹੀਂ ਡੋਲਣਾ। ਇੱਕ ਬਚਨ ਕਹਿ ਗਏ ਵਿੱਚ, ਤੁਹਾਡੀ ਕਿਰਪਾ ਸਦਕਾ। ਹਉਮੈ ਨਾਲ ਨਹੀਂ ਕਿਹਾ ਵੀ ਤੁਸੀਂ ਡਲਾ ਕੇ ਵਿਖਾਇਓ ਜੀ, ਆਪਾਂ ਨਹੀਂ ਲੱਦੇ। ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਅਚੰਬਾ ਹੋਇਆ ਪਿਆ, ਅਸਚਰਜਤਾ ਹੋਈ ਹੈ। ਜਿਨ੍ਹਾਂ ਸਿੱਖਾਂ ਨੇ ਆਪ ਜੀ ਦੇ ਸਵੱਛ ਵਸਤਰ ਵੇਖੇ ਆ, ਮਿੱਠਾ ਸੁਭਾਅ ਵੇਖਿਆ ਏ, ਜਿਨ੍ਹਾਂ ਗਰੀਬਾਂ ਦੇ ਘਰਾਂ ਵਿੱਚ ਜਾ ਕੇ ਆਪ ਤਾਰਦੇ ਰਹੇ ਹੋ, ਮਾਣ ਬਖਸ਼ਦੇ ਰਹੇ ਹੋ, ਇੰਨੇ ਰੰਗਲੇ ਤੇ ਪਿਆਰੇ ਸੁਭਾਅ ਵਾਲੇ ਸਤਿਗੁਰੂ ਜੀ ਇੱਕਦਮ ਆਪ ਸ਼ਿਕਾਰੀ ਬਣ ਕੇ ਬਹਿ ਗਏ। ਇਹ ਹਜ਼ਮ ਨਹੀਂ ਹੋ ਰਿਹਾ ਸੰਤ, ਇਹ ਲਿਬਾਸ ਵੇਖ ਸਿੱਖਾਂ ਨੂੰ ਸਮਝ ਨਹੀਂ ਆਉਂਦਾ। ਹੋਏ ਅਧੀਰਜ ਤਿਆਗਿਓ ਸਥ, ਅਬ ਕੋ ਨਹੀਂ ਸੰਗ ਏ ਨਾਥ। ਮਰਦ ਕਹਿੰਦੇ ਲੈਣਿਆ ਸਾਰੇ ਭੱਜ ਗਏ, ਤੂੰ ਕੀ ਕਰਨਾ ਹੈ? ਕਹਿੰਦੇ ਮਹਾਰਾਜ ਉਹ ਸਿੱਖ ਧੀਰਜ ਛੱਡ ਗਏ, ਤੁਹਾਨੂੰ ਨਹੀਂ ਉਹਨਾਂ ਛੱਡਿਆ, ਹੌਸਲਾ ਹੀ ਛੱਡਿਆ। ਸਤਨਾਮ ਉਹ ਡੋਲ ਗਏ ਵੀ ਮੇਰੇ ਪਾਤਸ਼ਾਹ ਇੱਦਾਂ ਕਿਉਂ ਹੋ ਗਏ? ਇੱਕ ਲੈਵਲ ਆ ਸਮਝਦਾ। ਹੁਣ ਅੱਜ ਗੁਰਬਾਣੀ ਸਾਗਰ ਹੈ, ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਆ, ਪੜ੍ਹਦੇ ਵੀ ਸਾਰੇ ਆ, ਪਰ ਬੜੀ ਵਾਰ ਨਾ ਅਸੀਂ ਨਾ ਸਮਝੀ ਕਰਕੇ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਆਪਣੇ ਜੀਵਨ 'ਤੇ ਟੁਕਾਈ ਜਾਂਦੇ ਹਾਂ, ਲੋਕਾਂ ਨੂੰ ਮੱਤਾਂ ਦੇਣ ਬਹਿ ਜਾਂਦੇ ਹਾਂ, ਪਰ ਗੁਰਬਾਣੀ ਅਵਸਥਾ ਦੇ ਪ੍ਰਥਾਈ ਉਚਾਰਨ ਕੀਤੀ ਹੋਈ ਹੈ। ਇੱਕ ਪਾਸੇ 'ਤੇ ਸਤਿਗੁਰੂ ਇਹ ਕਹਿੰਦੇ ਆ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਰਥ ਸਿੱਧੇ ਆ ਨਾ, ਵੀ ਰੱਬ ਦਾ ਘਰ ਹੈ, ਦੁਨੀਆਂ 'ਚ ਕੋਈ ਮਾੜਾ ਹੈ ਨਹੀਂ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਭ ਖਾਈ, ਵੀ ਇਸ ਦੁਨੀਆਂ 'ਚ ਰੱਬ ਵੱਸਦਾ। ਇੱਕ ਪਾਸੇ ਮਰਦ ਕਹਿੰਦੇ ਆ, ਭਾਈ ਇਹ ਜੋ ਸੰਸਾਰ ਦਿਸਦਾ ਇਹ ਦ੍ਰਿਸ਼ਟਮਾਨ ਹੈ, ਸਗਲਮ ਹੀ ਨਾ, ਵੀ ਜੋ ਦਿਸਦਾ ਝੂਠ ਹੈ, ਸੱਚਾ ਕੁਛ ਨਹੀਂ। ਕਿੱਧਰ ਜਾਈਏ? ਇਹ ਸਾਡੀ ਸੋਚ ਹੈ, ਕਿਉਂਕਿ ਅਸੀਂ ਸਮਝ ਹੀ ਨਹੀਂ ਪਾਏ। ਗੁਰੂ ਸਾਹਿਬ ਨੇ ਬਾਣੀ ਅਵਸਥਾ ਦੇ ਪ੍ਰਥਾਏ ਉਚਾਰੀ ਹੈ। ਹਰ ਸਿੱਖ ਦੀ ਆਪਣੀ ਅਵਸਥਾ ਹੈ, ਬ੍ਰਹਮ ਗਿਆਨੀ ਦਾ ਜੀਵਨ ਲੱਭਣਾ, ਪਰਖਣਾ। ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਦੀ ਪੜ੍ਹੋ ਤੇ ਵੇਖੋ, ਜਿਹਨੂੰ ਮੈਂ ਮੰਨਦਾ ਉਹ 'ਚ ਗੁਣ ਹੈਗੇ ਆ, ਸੁਭਾਅ ਹੈ ਸਾ। ਸੇਵਕ ਵੇਖਣਾ, ਸੇਵਕ ਦਾ ਜ਼ਿਕਰ ਕੀਤਾ ਮਰਦ ਨੇ ਸੁਖਮਨੀ ਦੀ ਬਾਣੀ ਵਿੱਚ। ਸੇਵਕ ਕੈਸਾ ਹੁੰਦਾ? ਜੇ ਸਾਧੂ ਵੇਖਣਾ, ਸਾਧੂ ਦਾ ਜੀਵਨ ਲਿਖਿਆ ਹੋਇਆ, ਸਾਧ ਦਾ ਸੰਗ ਕੀ ਹੈ, ਕਿਹੋ ਜਿਹਾ ਹੁੰਦਾ ਹੈ, ਸੁਭਾਅ ਕੈਸਾ ਹੁੰਦਾ ਹੈ? ਪਰ ਨਹੀਂ, ਅਸੀਂ ਜੋ ਦਿਸਦਾ ਉਹ ਮੰਨਣਾ, ਜੋ ਗੁਰੂ ਕਹਿੰਦੇ ਅਸੀਂ ਕੀ ਲੈਣਾ, ਸਤਨਾਮ ਅਸੀਂ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਉਹਨਾਂ ਸੰਗਤਾਂ ਦਾ ਕਸੂਰ ਨਹੀਂ ਕੱਢਿਆ, ਇਹ ਨਹੀਂ ਵੀ ਮੈਂ ਆ ਗਿਆ ਜੀ ਬਾਕੀ ਭੱਜ ਗਏ। ਜੇ ਆਪਾਂ ਹੁੰਦੇ ਆਪਾਂ ਤੇ ਇਹੀ ਕਹਿਣਾ ਸੀ ਨਾ, ਦੇਖਿਆ ਅੱਜ ਮੀਂਹ ਪੈਂਦਾ ਸੀ ਕਥਾ 'ਚ ਕੋਈ ਨਹੀਂ ਆਇਆ, ਮੈਂ ਯਾਰ ਔਖਾ ਸੌਖਾ ਗਿਆ। ਮਿਲਦੇ ਆ, ਬਹੁਤ ਕਰਦੇ ਆ, ਪਰ ਨਹੀਂ, ਪਾਤਸ਼ਾਹ ਉਹ ਸੰਗਤਾਂ ਤੁਹਾਡਾ ਇਹ ਰੂਪ ਵੇਖ ਧੀਰਜ ਨਹੀਂ ਰੱਖ ਪਾਈਆਂ, ਉਹ ਘਬਰਾ ਗਈਆਂ ਨੇ ਵੀ ਗੁਰੂ ਸਾਹਿਬ ਨੂੰ ਕੀ ਹੋ ਗਿਆ। ਸਤਨਾਮ ਜਿਨ੍ਹਾਂ ਨੇ ਮਰਦ ਦਾ ਰੰਗਲਾ ਸੁਭਾਅ ਵੇਖਿਆ, ਪਿਆਰ ਵਾਲਾ, ਕਿਉਂਕਿ ਦਸੇ ਸਤਿਗੁਰਾਂ ਦਾ ਆਪਾਂ ਜੀਵਨ ਸੁਣਦੇ ਹਾਂ ਨਾ, ਉਦੋਂ ਪਤਾ ਲੱਗਦਾ ਵੀ ਮਹਾਰਾਜ ਕਿੰਨਾ ਪਿਆਰ ਕਰਦੇ ਸੀ ਇਨਸਾਨੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਕਿੰਨਾ ਪ੍ਰੇਮ ਕਰਦੇ ਸੀ। ਅਤੇ ਜੋ ਦਿਖਾਇਆ ਜਾਂਦਾ, ਪ੍ਰਚਾਰਿਆ ਜਾਂਦਾ, ਉਹ ਤਾਂ ਫੋਟੋਆਂ ਤੋਂ ਐਂ ਡਰ ਲੱਗਦਾ ਵੀ ਕਿਤੇ ਮਰਦ ਦੇ ਕੋਲੋਂ ਲੰਘਦਿਆਂ ਵੀ ਬੰਦਾ ਸੋਚਦਾ ਯਾਰ ਕੋਈ ਗਲਤੀ ਹੋਣਾ ਹੋ ਜਾਵੇ। ਪਰ ਗੁਰੂ ਤਾਂ ਬਖਸ਼ਿੰਦਾ,
गुरु ते कल लाउण वाला है, प्यार करन वाला है। अज ओह सतगुरां ने ऐसा सवांग रचिया, ऐसा पखंड बनाया होया है, ऐसा दिखावा कीता होया है, जिन्हों वेख संगतां दे धीरज हिल गए भी ऐसे तो नहीं सी गुरु नानक साहिब सतनाम जिहो जी हुण लग रहे। भाई लैणा कहिंदा पातशाह कृपा रखियो किते मैं भी डोल ना जावां, एक में रहो सो जाऊं ना कभी, देहो कसोटे सहो सबही। गुरु पातशाह करड़े सुभा च बोले, लैने आ जे बाकी संगत भज गई तू इत्थे की करना है। बड़े हलीमी नाल निम्रता नाल कहिंदे पातशाह आप जी दी दया सदका दास इस कसवटी नूं झलना चाहुंदा है, तुसी लख कसवटियां लायो मैं पिठ नहीं विखाउणी। आखो सतनाम मैं नहीं भजणा। अवस्था केड़ी है, जे गुड़ झिड़के तां मीठा लागै, जे बख्शे गुड़ वडियाई। सानू आदत अजकल मिठा खाने की, मैनू कोई जी कहे पर मैं क्यों बोला नहीं किसे, साडी सारे इज्जत करन असी क्यों करिए किसे। पर सौखा खंडा है, जी कहो जी कहाओ, इज्जत दो ते इज्जत पाओ। भाई लहना जी आखन लगे पातशाह मैं आप जी तो यह भी आस नहीं करता भी तुसी मैनू सिखा वांगू प्यार करो, तुसी भावे डांगा मारो भावे जान कढ लो, प्रेम ते मैं तुहानू कीता, मैं ते आप जी नू कहिंदा ही नहीं तुसी सानू करो या ना करो। प्रेम दी व्यवस्था यह है ना, चकोर चंद नू प्रीत करदी है, उन्हें कदे चंद्रमा नू नहीं आखिया भी मैं ते तेरे पिछे जान देती, चंद्रमा तू देने छुप जाना। भौरा कवल दे फुल नू प्यार करदा, हर वार कवल दा फुल बेवफाई करदा, उहदी मौत दा कारण बनदा है, पर कदे भौरियां दी प्रीत नहीं कटी। सिख दी प्रीत ऐसी है, मच्छी पानी नाल प्रेम करती है, ज्यो मछली बिन पानी है क्यों जीवन पावे, बूंद भी होना चात्री को क्यों कर त्रिपदावे। अवस्था का ही जिक्र किया गया, गुरु भावे झड़के गुरु भावे डांगा मार देन, सतगुरु भावे गल ला लेने मौज ओहदी है, ते साडा फर्ज की है गुरु दे हुक्म च रहना, सिखी नूं कमाउणा। भाई लहना जी कहिंदे पातशाह आप जी दीआं इक सवटियां मैं अपने तन ते चलनिया ने, दुख देओ भुख देओ, जे भुख दे ता तुझे अराधी दुख पी तुझे ते आई, जे भुख देगा ता भी तू ही मेरा है, दुख देगा ता भी तेनू छड नहीं सकते। तन मन बीच प्रेम लिया मुला, तजो के हनु मोलक गोला। गुरु नानक साहब आखन लगे कहिंदे असीं वी तैनूं जाण दे तूं कौण है। भाई लहना जी नूं आख रहे कहिंदा महाराज इह वी फर्क नहीं पैंदा, तुसीं जाणो ना जाणो पर मैं आपा वेच के तुहानूं मुल लै लिया। सतनाम मन दे राम लिया है मोल, मैं ते अपना मन तैनूं वेच दित्ता तेरे ना करदा, किन्ने प्रेम दे बचन ने। सिखी जी नूं कहिंदे आ पर सिखी ते सिखां दी हो रही है, सिख दौड़ गए जी, भाई लहना जी रह गए। कहिंदे महाराज तुसी भावे जान कढ दो भावे मार दो, यह शरीर भी तेरा तन भी तेरा मन भी तेरा धन भी तेरा, जे मेरे पले कुछ हुंदा ते नखरा ताईं हो रहिंदा। सतनाम वेचियां चीजां ते कादा माण हुंदा है, मैं ते सौंप ही दित्ता तुहानूं, तन मन धन सब सौंप गुर को हुक्म मने। जो मन तन गुरु नूं सौंपता ते फिर मेरी मर्जी काहदी है, मेरा नखरा कादा है। मारियो चोह मुर दीजे मरी, और भावे तो राख जीवारी। आप दी मर्जी दे मालको भावे मैनू मार दियो, भावे जिउंदा धरती च दब दियो, भावे छमका मारो पत्थर मारो, पातशाह दर तेरा नहीं छड़ना। सतनाम अड्डी वड्डी निम्रता, इन्ना वड्डा प्रेम है किसे च, दुनिया ते गणा खणा गुरु बनिया बैठा सारी रब ने भी, इत्थे तू भी रब मैं भी रब, तू मैनू बोला कहीं मैं तेनू लोकां सामने गाजी दे आऊंगा, तू मैनू पंथ दा जथेदार कहीं मैं तेनू पंथ दा ही ला दूंगा, लुट्टी चलो रल मिल के। पर
ऐसी प्रीत गोबिंद सिंह लागी हो विरले ने जी जिन्हां दी प्रीत गुरु नानक दे चरणा नाल है साडे ते सौ लांबे ने गुरु नाल गुरु वाले भी बने हुए आ नाले की जन्ने महाराज तू साडी सुणदा नहीं पातशाह तू गरीबी नहीं कटदा मर्ग तू दुख नहीं कटदा ते सच्ची जिदन गुरु वाले बन गए ना उदन रसना तो एक ही शब्द निकलना शुकर 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 दुख विच भी शुकर है सुख विच भी शुकर है हुण नहीं हुण ते असी वैसे ही दुखी हाँ गुरु नानक पातशाह के सन्मुख जो वचन आखे ना सतगुरु वीर रस जावे सोटी चुकन लई देखो भाई लैणा प्रेम के बदन करते सुभाव बदल लिया गुस्से वाला सुभाव बना लिया मर्द ने जान बुझ के नेत्र लाल कर ले उमरे हित बिनसे तन मेरो बड़े भाग अपने तब हेरो पातशाह जे मेरा तन तुहाडे लई नाश हो जे ना ते मेरे भाग वड्डे गुरु नानक साहिब मर्द ने चला के सोटी मारी बखी है कोई तन प्यो थप्पड़ मार दे ते पुत बापू दे बाले कड्ढण नूं फिरदा है कहिंदा अज हत्थ ला लिया कलू आ फिर गली च इदां हुंदा ना समाज ते सिख ते गुरु दी प्रीत वेखो कैसी है साडे तों माड़ा ते दुख नहीं चलिया बुखार चढ़ जे ते रब नूं कोसण लग जांदी थोड़ा जा दुख परिवार ते आ जे ना रब नूं लांभे अरदासां च रह रस पूरी नहीं करदा पहला अरदास की होती 70 किलोमीटर लंबी महाराज आओ क्यों करता मैं ते नितनेम करना वो नितनेम तू अपने लिए करता गुरु रब लिए थोड़ा करना अपने भले लिए करता आसान थोड़ी है कोई यही ते मर्द ने सारे जीवन च सिखाया है भी रब रब करते उलांभे ना दे साडी हालत का बयान कीता है 100 उलांभे दिने के राती मिलन सुहंस 100 उलांभे दिन च दई दे रब नूं रात नूं हजारां दई दे ते जिहनूं अपना मन्निया होवे ना उदू उलांभे नहीं देंगे जिस सिख ने गुरु नानक नूं अपना कह लिया ना वो उलांभे नहीं रखता भी तू भुखे मारता तू दुख देता तू तकलीफ देती भाई लालो जी का जीवन आप जी ने सुनया लोग ताने मारते कहते चेला बनया गुरु नानक का भुखा से मरद वो कहते मैनू इस दुख भुख च ही आनंद आता है क्योंकि इस दुख भुख करके ही मेरा रब मेरी छन च आता जे मैं महिला का मालिक हों उन्हें कितने होना फिर तो दुख भी मुबारकबाद है ना फिर तो भुख भी शुकराने वाली है जिदे विच रब चेते आउंदा ऐ ए लालस और रहे सदाए हेत तमारे तन बिन साए गुरु नानक साहिब नूं भाई लैणा जी कहिंदे महाराज मैं ते तुहाडे करके आया आप जी दे नाल ही रहना प्रसन्न बन गए गुरु पातशाह जी ने अखा लाल करके वेख्या पिट कर ली फिर डीले रुखी दुनियावी पद्धर ते ना अपना किन्ना भी कोई खास हो भी 2 मिनट मूंह वट लेना अब कहना अज तो बाद सामने ना ही हो तू साडा की लग देना तेरा कुछ वेखो सिख दी सिखी गुरु के बाद चो बने ना शरीर के तौर पर भाई अंगद भाई लहना फिर गुरु नानक का सरूप हो गए इन्होंने कसबटियां चो खरे हुए आ इन्हों कसवटियां तो बाहर निकले आ हर कसवटी चो पास होंगे रहे तो गुरु साहब परख भी रहे आ जी ये नहीं भी सिखा सामने माड़ा चंगा कहें रहे तो इतने बिठा के कहें आ सिखा तेन मखनी गवाई ना संगत सामने भी वह जब तीरा वरत्या तो कल्या नाल भी भाई लहना जी महाराज कहते तू नहीं जाएगा तू शब्द वरत रहे कहता नहीं जाता जी मर्द कहते वे वे जाते तैनू भी भजना पैना है तू की चीज है उन्होंने नहीं कहा भी मैं बहुत वड्डा सिख हाँ जी तुम मैं रोक के बिखाओ कहते नहीं पातशाह तरस करो दया करो अपने तो दूर ना करो जिदे ना परमो भिख कब के ही अब क्यों सांग अरंभ्यो एही बड़ी वड्डी गल कहती भाई लहना जी ने सिदक दी कहते महाराज अज तुसी लवास पाया सवांग रचिया ना दिखावा एक नहीं हजारां ते लखां करो तुहाडी दया सदका लैणा कदे नहीं भरदा खो सदना वो भी करके विखा दिओ जो असी कदे सोच नहीं सकते मैं नहीं बोल सकदा असी ते कथा सुणदे डोली जाने इत्थे मर्द ने आया किवें करता जी गुरु साहब ते इदां सी आ किवें हो गया क्योंकि मत ही साडी इदां दी असी अपनी जिंदगी च स्टेबल नहीं अपने परिवार च खुश नहीं अपने संसार दुनिया च खुश नहीं तो रब तो कितों रहेंगे
ਭਾਈ ਲੈਣਾ ਜੀ ਨੇ ਤਾਂ ਸਿੱਧੀ ਗੱਲ ਕਹਿਤੀ, ਕਹਿੰਦੇ ਮਹਾਰਾਜ ਤੁਹਾਡੇ ਆ ਲਿਬਾਸ, ਤੁਹਾਡੇ ਆ ਭਰਮ ਜਿਹੜੇ ਪਾਏ ਹੋਏ, ਮੈਂ ਭਰਮਣਾ ਨਹੀਂ, ਮੈਨੂੰ ਪਤਾ ਹੈ ਗੁਰੂ ਮੇਰਾ ਉਹੀ ਗੁਰੂ ਨਾਨਕ ਹੈ। ਕੱਪੜੇ ਗੁਰੂ ਨਾਨਕ ਨਹੀਂ, ਲਿਬਾਸ ਗੁਰੂ ਨਾਨਕ ਨਹੀਂ, ਮੈਂ ਲਿਬਾਸ ਦੇ ਨਾਲ ਨਹੀਂ ਜੁੜਿਆ। ਸੁਨਤ ਸਰੋਣ ਇਸ ਦਿਸ਼ ਕਰ ਲੈਣਾ, ਨਰਕ ਨਿਵਾਰਨ ਬੋਲੇ ਬੈਨਾ। ਨਰਕਾਂ ਨੂੰ ਕੱਟਣ ਵਾਲੇ, ਪਿਆਰ ਦੇ ਵਚਨ ਵਰਤਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਝਿੜਕ ਕੇ ਪਏ ਭਾਈ ਲੈਣੇ ਝਿੜਕ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਝਿੜਕਾਂ ਵੀ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀਆਂ। ਬਹੁਤਾਤ ਚ ਦੁਨੀਆਂ ਚ ਲੋਕ ਮਿਲਣਗੇ ਤੁਹਾਨੂੰ ਮਿੱਠਾ ਸੁਣਨਾ ਪਸੰਦ ਕਰਦੇ ਸੀ, ਸਿਫਤ ਸੁਣਨੀ ਪਸੰਦ ਕਰਦੇ ਸੀ। ਅੱਜ ਕੱਲ ਯੁੱਗ ਦਾ ਵਰਤਾਰਾ ਨਾ, ਮਾਂ ਬਾਪ ਬੱਚਿਆਂ ਨੂੰ ਤੁਸੀਂ ਤੁਸੀਂ ਕਰਕੇ ਬੋਲਦੇ, ਤੇ ਜਿਹੜੇ ਤੁਸੀਂ ਤੁਸੀਂ ਕਰਨ ਵਾਲੇ ਆ ਉਹਨਾਂ ਦਾ ਬੁਢਾਪਾ ਵੇਖਿਓ ਕੈਸਾ ਹੋਏਗਾ। ਸਤਨਾਮ ਜਿਹੜੀ ਔਲਾਦ ਨੂੰ ਤੁਸੀਂ ਜੀ ਕਰਦੇ ਹੋ, ਉਹਨਾਂ ਸੰਸਕਾਰ ਨਹੀਂ ਦਿੱਤੇ ਬੱਚਿਆਂ, ਡਰ ਰਹੇ ਆ, ਪਾਣੀ ਭਰ ਰਹੇ ਆ। ਬੱਚਿਆਂ ਨੂੰ ਇੱਜ਼ਤ ਪਿਆਰ ਧਰਮ ਤੇ ਸੰਸਕਾਰ ਤੇ ਸਤਿਕਾਰ ਦੇਣਾ ਸੀ ਤਾਂ ਜੋ ਬੱਚੇ ਤੁਸੀਂ ਜੀ ਕਰਦੇ। ਉਹਦੇ ਮੂੰਹ ਤੇ ਗਲਾਸ ਮਾਰਦੇ ਆ ਪਾਣੀ ਵਾਲਾ, ਕਹਿੰਦੇ ਬਾਜਾ ਬਾਹਰ ਇੱਥੋਂ ਹੁੰਨਾ ਬੁਲਾਈ ਮੈਨੂੰ। ਇਹ ਕੀ ਹੈ? ਕਿਉਂਕਿ ਅਸੀਂ ਮਿੱਠੇ ਦੇ ਆਦੀ ਹੋ ਗਏ, ਤੇ ਗੁਰੂ ਸਾਹਿਬ ਨੇ ਤੇ ਆਪਣੇ ਪੁੱਤਰ ਵੀ ਪਰਖੇ, ਸਿੱਖ ਵੀ ਪਰਖੇ। ਕਸਵੱਟੀ ਦੇ ਵਿੱਚ ਕਿਸੇ ਨੂੰ ਵੀ ਉਹਨਾਂ ਬਖਸ਼ਿਆ ਨਹੀਂ, ਕਿਸੇ ਨਾਲ ਲਿਹਾਜ਼ ਨਹੀਂ ਕੀਤੀ। ਅਬ ਹਮਰੇ ਆਏ ਮਾਨਵ ਪਾਸਨਾ ਮੋਹੇ ਸੁਹਾਏ। ਗੁਰੂ ਨਾਨਕ ਸਾਹਿਬ ਮਹਾਰਾਜ ਵੀਰ ਰਸ ਪਤਾ ਕੀ ਆਖਣ ਲੱਗੇ? ਭਾਈ ਲੈਣਾ ਕਹਿੰਦੇ ਮਹਾਰਾਜ ਮੈਂ ਭਰਮਦਾ ਨਹੀਂ, ਤੁਹਾਡਾ ਲਿਬਾਸ ਵੇਖ। ਸਤਿਗੁਰੂ ਕਹਿੰਦੇ ਸਾਡੀ ਮਰਜ਼ੀ, ਅਸੀਂ ਜੋ ਮਰਜ਼ੀ ਕਰੀਏ, ਤੂੰ ਕੌਣ ਹੁੰਦਾ ਸਾਨੂੰ ਸਲਾਹ ਦੇਣ ਵਾਲਾ? ਸਿੱਧੇ ਸ਼ਬਦ ਕਰਦੇ ਭਾਈ ਲੈਣਾ ਫਿਰ ਵੀ ਨਹੀਂ ਬੋਲਿਆ ਵੀ ਗੁਰੂ ਸਾਹਿਬ ਮੈਨੂੰ ਇੰਨੇ ਕੌੜੇ ਬਚਨ ਵਰਤਦੇ। ਮਹਾਰਾਜ ਕਹਿੰਦੇ ਮੈਨੂੰ ਮਨੁੱਖ ਚੰਗੇ ਨਹੀਂ ਲੱਗਦੇ। ਆਖੋ ਸਤਨਾਮ, ਵਕਤੀ ਤੌਰ ਦਾ ਚੋਜ ਹੈ, ਮੈਨੂੰ ਕੱਲਿਆਂ ਛੱਡਦੇ ਹੋ। ਲੈਣਿਆ ਜੇ ਮੈਂ ਆਪਣਾ ਪਰਿਵਾਰ ਕੋਲੇ ਨਹੀਂ ਰੱਖਿਆ ਤੇ ਤੂੰ ਮੇਰਾ ਕੀ ਲੱਗਦਾ? ਉਹਨਾਂ ਆਦੀ ਜੋੜੇ ਹੋ ਗਿਆ, ਨਹੀਂ ਕੁਛ ਬੋਲੇ, ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਪਰ ਸਤਿਗੁਰੂ ਕਹਿੰਦੇ ਮੇਰੇ ਨੇੜੇ ਕੋਈ ਨਾ ਆਵੇ, ਮੈਨੂੰ ਕੋਈ ਚੰਗਾ ਵੀ ਨਹੀਂ ਲੱਗਦਾ, ਤੇ ਮੈਂ ਤੇਰੇ ਤੋਂ ਲੈਣਾ ਕੀ ਹੈ? ਕੋਈ ਸੰਗਤ ਨਹੀਂ ਪਾਉਂਦੀ ਮੈਨੂੰ, ਕੋਈ ਸਿੱਖ ਨਹੀਂ ਮੇਰਾ, ਨਾ ਕਿਸੇ ਦੇ ਗੁਰੂ ਹਾਂ। ਤੈਂ ਕਿਉਂ ਅਬੈ ਬਿਲੰਬ ਲਗਾਏ, ਹਟੋ ਸੰਗ ਤੇ ਜਾਹੋ ਪਲਾਏ। ਗੁਰੂ ਸਾਹਿਬ ਨੇ ਤਿੰਨ ਵਾਰ ਆਖਿਆ, ਕਹਿੰਦੇ ਤੂੰ ਕਿਹੜੀ ਰੱਟ ਲਾਈ ਫਿਰਦਾ, ਚੱਲਿਆ ਜਾ ਭਾਜਾ, ਚੱਲਿਆ ਜਾ ਇੱਥੋਂ, ਫਕੀਰਾਂ ਨੂੰ ਵੀ ਛੇੜੀਦਾ। ਸਾਡੀ ਮੌਜ ਇਹੀ ਹੈ, ਅਸੀਂ ਇਕੱਲੇ ਰਹਿਣਾ ਚਾਹੁੰਦੇ ਹਾਂ, ਨਾ ਬੈਠ ਸਕਦੇ। ਹੁਣ ਇਹਦਾ ਮਤਲਬ ਇਹ ਨਹੀਂ ਵੀ ਜੇ ਗੁਰੂ ਸਾਹਿਬ ਕਹਿੰਦੇ ਮੈਨੂੰ ਕੱਲਿਆਂ ਨੂੰ ਛੱਡ ਤੋਂ ਛੱਡ ਕੇ ਚਲੇ ਜਾਓ। ਸਮਾਜ ਇੱਦਾਂ ਹੀ ਹੈ, ਸਾਡਾ ਕੋਈ ਮਿੱਤਰ ਗੁੱਸੇ 'ਚ ਹੋਵੇ ਨਾ, ਉਹ ਆਖੇ ਮੈਨੂੰ ਫੋਨ ਨਾ ਕਰੋ ਯਾਰ, ਮੈਨੂੰ ਨਾ ਬੁਲਾਓ ਯਾਰ, ਅਸੀਂ ਬੜੇ ਓਵੀਡੈਂਟ ਆਗਿਆਕਾਰੀ ਹਾਂ, ਬਹਾਨਾ ਹੀ ਲੱਭਦੇ ਸੀ। ਵੀ ਇਹਨੇ ਕਿਹਾ ਮੈਨੂੰ ਨਾ ਬੁਲਾਓ, ਕਹਿੰਦਾ ਠੀਕ ਆ ਫਿਰ ਸੌ ਜਾ, ਅਸੀਂ ਨਹੀਂ ਪੁੱਛਦੇ ਤੂੰ ਕੌਣ ਆ ਕਿਵੇਂ ਹੈ। ਜੇ ਤੁਹਾਡਾ ਆਪਣਾ ਹੋਊ ਨਾ, ਤੁਸੀਂ ਕਹੋਗੇ ਮੈਨੂੰ ਬੁਲਾ ਨਾ, ਹਜ਼ਾਰ ਵਾਰ ਬੁਲਾਉਂਦਾ। ਤੁਸੀਂ ਕਹੋਗੇ ਮੈਨੂੰ ਇਕੱਲਿਆਂ ਰਹਿਣ ਦਿਓ, ਉਹ ਕਹਿੰਦਾ ਨਹੀਂ ਤੂੰ ਕੌਣ ਹੋ ਨਾ ਇਕੱਲਾ ਰਹਿਣ ਵਾਲਾ। ਇੱਦਾਂ ਪ੍ਰੇਮ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਸੀਂ ਇਕੱਲਿਆਂ ਨੇ ਰਹਿਣਾ, ਤੂੰ ਸਾਡਾ ਕੀ ਲੱਗਦਾ? ਉਹਨਾਂ ਅੱਗੋਂ ਜਵਾਬ ਨਹੀਂ ਦਿੱਤਾ ਕੋਈ, ਕਹਿੰਦੇ ਪੁਰਸ਼ਾ ਭੱਜ ਜਾ ਇੱਥੋਂ, ਸਾਥੋਂ ਬੜਾ ਕੋਈ ਇੱਥੋਂ ਤੱਕ ਕਿਹਾ। ਮਹਾਰਾਜ ਕਹਿੰਦੇ ਅਸੀਂ ਸ਼ਿਕਾਰੀ ਹਾਂ, ਕੁਝ ਵੀ ਕਰ ਸਕਦੇ ਹਾਂ। ਵਚਨ ਮਾਨ ਨਹਿ ਨਿਕਟ ਰਹੀ ਜੈ, ਸਾਥ ਛੋੜ ਕੇ ਗਮਨ ਕਰੀ ਜੈ। ਉੱਚੀ ਆਵਾਜ਼ ਚ ਕੜਕ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਵਚਨ ਮੰਨ, ਇੱਥੇ ਨਾ ਰੁਕ, ਚਲਿਆ ਗਾ ਚੰਗਾ ਰਹੇਗਾ, ਮੁੜ ਜਾ ਵਾਪਸ। ਕਹਿੰਦੇ ਭਾਈ ਲੈਣਾ ਚੁੱਪ, ਜਵਾਬ ਹੀ ਕੋਈ, ਸੰਗ ਵੀ ਨਹੀਂ ਛੱਡਦੇ, ਜਵਾਬ ਵੀ ਨਹੀਂ ਦਿੰਦੇ। ਆਖੋ ਸਤਨਾਮ, ਰਹਿਣਾ ਰਜਾ ਜੀ ਹੈ ਗੁਰੂ ਦੀ। ਪਰ ਗੁਰੂ ਸਾਹਿਬ ਨੇ ਹੁਣ ਆਪ ਕਹਿਤਾ, ਕਹਿੰਦੇ ਜਦ ਤੱਕ ਤੂੰ ਨਹੀਂ ਮੁੜਦਾ ਅਸੀਂ ਵੀ ਜੰਗਲ ਚੱਕੀ ਨਹੀਂ ਜਾਣਾ, ਨਾਲ ਨਹੀਂ ਰੱਖ ਸਕਦੇ ਤੈਨੂੰ, ਵਾਪਸ ਚਲਿਆ ਜਾ, ਕਿਉਂ ਸਾਡੇ ਪਿੱਛੇ ਆਉਣਾ ਏ। ਸੁਣ ਲੈਣੇ ਵਿਚਾਰ ਕਰ ਜੋਰੇ, ਗੁਰੂ ਰਜਾਏ ਅਮੋਰ ਸੋ ਮੋਰੇ। ਸਤਿਗੁਰਾਂ ਨੇ ਜਦੋਂ ਕੜਕ ਕੇ ਆਖਿਆ ਨਾ, ਸੋਟੀ ਚੁੱਕ ਕੇ ਵੀ ਜਾਂਦਾ ਕਿਉਂ ਨਹੀਂ ਤੂੰ? ਭਾਈ ਲਹਿਣਾ ਜੀ ਨੇ ਮਨ ਚ ਸੋਚਿਆ ਵੀ ਸਿੱਖ ਦਾ ਫਰਜ਼ ਹੁੰਦਾ ਗੁਰੂ ਦਾ ਹੁਕਮ ਮੰਨਣਾ,
ਉਹ ਮਨਾ ਮੇਰਿਆ ਗੁਰੂ ਨੇ ਤੈਨੂੰ ਤਿੰਨ ਨਹੀਂ ਚਾਰ ਵਾਰ ਕਹਿਤਾ ਮੁੜ ਜਾ ਵਾਪਸ ਮੁੜ ਜਾ। ਜੇ ਤੂੰ ਸਿੱਖੀ ਕਮਾਉਂਦਾ ਫਿਰ ਬਚਨ ਕਿਉਂ ਨੀ ਮੰਨਦਾ, ਸਤਨਾਮ ਲੈ ਰਿਹਾ ਵੀ ਅਜੇ ਵੀ ਚੇਤਾ ਨਾ ਤੇਰੀ ਸਮਝ ਲਾ ਜੇ ਤੇਰੀ ਹਉਮੈ ਪਰਮ ਹੈ। ਗੁਰੂ ਪਾਤਸ਼ਾਹ ਕਹਿੰਦੇ ਸਾਡੇ ਪਿੱਛੇ ਨਾ ਮੁੜ ਜਾ। ਮਨ ਚ ਸੋਚਿਆ ਵੀ ਮੁੜ ਜਾਣਾ ਚਾਹੀਦਾ ਪਰ ਦੂਜਾ ਬਚਨ ਆਪਾਂ ਨੀ ਮੰਨਣਾ ਵੀ ਪਿੱਛੇ ਨਾ ਹੀ। ਇਹ ਤੇ ਪਿਆਰ ਦੀਆਂ ਜੇਲਾਂ ਨੇ। ਸਤਿਗੁਰੂ ਉੱਥੇ ਖੜ ਗਏ ਨਾਲ ਸ਼ਿਕਾਰੀ ਕੁੱਤੇ, ਉਹ ਵੀ ਭੌਂਕ ਰਹੇ ਆ ਜੀ, ਖਾਣ ਨੂੰ ਪੈ ਰਹੇ ਆ ਕਿਉਂਕਿ ਭੁੱਖੇ ਪਿਆਸੇ ਆ। ਤੇ ਸਤਿਗੁਰਾਂ ਦੇ ਹੱਥ ਵਿੱਚ ਮੋਟਾ ਸੋਟਾ ਫੜਿਆ ਏ, ਸਿਰ ਪਰ ਧਰੇ ਸਦਾ ਮੈਂ ਅੱਛੇ, ਅਸ ਕੈ ਗਮਨਿਓ ਲਹਿਣਾ ਪਾਛੇ। ਹੁਣ ਭਾਈ ਲਹਿਣਾ ਜੀ ਨੇ ਸੱਤ ਵਚਨ ਤੇ ਕਹਿਤਾ ਮਹਾਰਾਜ ਨੂੰ ਵੀ ਚੰਗਾ ਠੀਕ ਹੈ ਜੀ ਚੱਲਦਾ, ਜਦੋਂ ਮਰਦ ਚੱਲ ਪਏ ਵੀ ਚਲੋ ਇਹ ਚੱਲੇ ਹੈ ਫਿਰ ਪਿੱਛੇ ਤੁਰ ਪਏ। ਮਨ ਗੁਰੂ ਦੇ ਬਚਨਾਂ ਚ ਹੈ, ਸਰੀਰ ਨਾਲ ਤੁਰਿਆ ਪੈਂਦਾ। ਮਨ ਕਹਿੰਦਾ ਵੀ ਮੁੜ ਜਾ ਵਾਪਸ, ਗੁਰੂ ਕਹਿੰਦੇ ਆ, ਪਰ ਸਰੀਰ ਕਹਿੰਦਾ ਨਹੀਂ ਮੈਂ ਪਾਤਸ਼ਾਹ ਨੂੰ ਇਕੱਲਿਆ ਨਹੀਂ ਛੱਡਣਾ। ਸਾਰੀ ਸੰਗਤ ਭੱਜ ਗਈ, ਸਾਰੇ ਸਿੱਖ ਭੱਜ ਗਏ, ਮੈਂ ਗੁਰੂ ਸਾਹਿਬ ਨੂੰ ਇਕੱਲਿਆਂ ਨੂੰ ਇੱਥੇ ਛੱਡ ਕੇ ਨਹੀਂ ਜਾਣਾ। ਪ੍ਰਭੂ ਬੇ ਲੋਕ ਤਾਹੀ ਕੀ ਓਰੀ, ਕਹਿਓ ਕਿ ਉਚਰੇ ਬਚਨ ਬਹੋਰੀ। ਨਾਨਕ ਸਾਹਿਬ ਮਰਦ ਤੁਰਦੇ ਗਏ ਝਾੜੀਆਂ ਬੜੀਆਂ, ਮਰਦ ਨੇ ਵੇਖਿਆ ਵੀ ਭਾਈ ਲੈਣਾ ਫਿਰ ਪਿੱਛੇ ਤੁਰਿਆ ਹੁੰਦਾ, ਰੁਕ ਗਏ, ਪਿੱਛੇ ਮੁੜ ਕੇ ਵੇਖਿਆ। ਉਹ ਕਹਿੰਦੇ ਤੈਨੂੰ ਕਿੰਨੀ ਵਾਰ ਆਖਾਂ, ਤੂੰ ਬਚਨ ਕਿਉਂ ਨੀ ਮੰਨਦਾ। ਵੇਖੋ ਐਡੀ ਬੇਰੁਖੀ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਨੂੰ ਕਹਿੰਦੇ ਸੀ ਆ ਚਿੱਕੜ ਨਹੀਂ ਤੇਰੇ ਸਿਰੇ ਉੱਤੇ, ਇਹ ਗੁਰਗੱਦੀ ਦਾ ਤਖ਼ਤ ਤਾਜ ਹੈ, ਇਹ ਕਿਸ ਸਿਰ ਦੇ ਚਿੱਟੇ ਨੇ, ਉਹਨਾਂ ਹਾਲਾਤਾਂ ਚੋਂ ਕੱਢ ਕੇ ਕਿੱਥੇ ਲੈ ਆਏ। ਪਰਖ ਹੈ, ਸੋਨੇ ਤੇ ਕਸਵੱਟੀਆਂ ਲੱਗਦੀਆਂ ਨੇ, ਕਿੰਨੀ ਵਾਰ ਕੁਠਾਲੀ 'ਚ ਪਾਇਆ ਜਾਂਦਾ, ਸਾੜਿਆ ਜਾਂਦਾ, ਕੁੱਟਿਆ ਜਾਂਦਾ, ਫਿਰ ਅੱਗ 'ਚ ਢਾਲਿਆ ਜਾਂਦਾ, ਫਿਰ ਪਾਣੀ 'ਚ ਠੰਡਾ ਕੀਤਾ ਜਾਂਦਾ, ਫਿਰ ਕੁਠਾਲੀ 'ਚ ਪਾਇਆ, ਫਿਰ ਉਹਨੂੰ ਕਈ ਕਈ ਘੰਟੇ ਕੁੱਟਿਆ, ਉਦੋਂ ਤੱਕ ਕੁੱਟਿਆ ਜਾਂਦਾ ਜਦੋਂ ਤੱਕ ਸ਼ੁੱਧ ਨਹੀਂ ਹੁੰਦਾ। ਤੇ ਗੁਰੂ ਸਾਹਿਬ ਵੀ ਤੱਤੇ ਠੰਡੇ ਤਾ ਦੇ ਰਹੇ ਆ, ਖੜ ਕੇ ਫਿਰ ਕਹਿਣ ਲੱਗ ਗਏ, ਕਹਿੰਦੇ ਪੁਰਖਾ ਤੈਨੂੰ ਇੱਕ ਵਾਰ ਕਿਹਾ ਸਮਝ ਨਹੀਂ ਆਉਂਦੀ, ਦੋ ਵਾਰ ਆਖ ਦਿੱਤਾ ਏ। ਹਟ ਜੇ ਪਿੱਖੇ ਨੈਣ ਇਟਲਾ ਮੈਂ, ਤੂੰ ਤੂੰ ਆਪਣਾ ਕੀਤਾ ਪਾਵੇਂ। ਕਬੀਰ ਰਸ ਚ ਆ ਕੇ ਆਖਣ ਲੱਗੇ, ਕਹਿੰਦੇ ਜੇ ਹੁਣ ਤੂੰ ਅੱਖ ਭਰ ਕੇ ਸਾਡੇ ਚੱਲਦੇ ਕਦਮਾਂ ਵੱਲ ਵੀ ਵੇਖਿਆ ਨਾ, ਆਉਣ ਦੀ ਤੇ ਗੱਲ ਦੂਰ, ਲੈਣਿਆ ਤੂੰ ਆਪਣਾ ਕੀਤਾ ਪਾਏਗਾ। ਸਤਨਾਮ ਬੜਾ ਵੱਡਾ ਵਚਨ ਹੈ। ਇੱਥੇ ਕਿਸੇ ਨੂੰ ਕਹਿ ਦਿਓ ਆਪਣੇ ਰਿਸ਼ਤੇਦਾਰ ਨੂੰ ਵੀ ਰੱਬ ਕਰੇ ਤੂੰ ਆਪਣੇ ਕਰਮ ਭੋਗਦੇ, ਕਿਹਾ ਤੇ ਮਾੜਾ ਨਹੀਂ, ਰੱਬ ਕਰੇ ਮਤਲਬ ਰੱਬ ਨੇ ਜੋ ਕਰਨਾ ਉਹੀ ਹੋਣਾ ਹੈ, ਵੀ ਤੂੰ ਆਪਣੇ ਕਰਮ, ਇਹ ਤਾਂ ਨਹੀਂ ਕਿਹਾ ਵੀ ਤੂੰ ਮੇਰੇ ਕਰਮ ਭੋਗਦੇ। ਇੰਨੇ ਚ ਅਗਲਾ ਮੂੰਹ ਵੱਟ ਕੇ ਸਾਰੀ ਜ਼ਿੰਦਗੀ ਘਰੇ ਨਹੀਂ ਵੜਦਾ, ਹਾਂ ਹਾਂ ਇੱਦਾਂ ਹੁੰਦੇ, ਜਦ ਚ ਬੁਰਾ ਹੀ ਕੁਛ ਨਹੀਂ, ਵੀ ਤੁਹਾਡੇ ਕਰਮ ਤੁਸੀਂ ਭੁਗਤਣੇ ਆ, ਸਾਡੇ ਅਸੀਂ ਭੁਗਤਣੇ, ਇਹ 'ਚ ਕੀ ਮਾੜਾ ਹੈ। ਗੁਰੂ ਸਾਹਿਬ ਕਹਿੰਦੇ ਤੂੰ ਆਪਣਾ ਕੀਤਾ ਪਾਏਗਾ। ਬੜਾ ਖਤਰਨਾਕ ਬਚਨ ਸੀ, ਬੜਾ ਵੱਡਾ ਬੋਲ ਸੀ, ਸਾਰੀ ਉਮਰ ਦੀ ਕੀਤੀ ਕਰਾਈ ਇੱਕ ਬਚਨ ਦੁਆਰਾ ਖਤਮ ਹੋ ਸਕਦੀ ਹੈ। ਭਾਈ ਲਹਿਣਾ ਜੀ ਨੇ ਇੱਕਦਮ ਆਪਣਾ ਆਪ ਸੰਭਾਲ ਲਿਆ, ਨਹੀਂ ਮਹਾਰਾਜ ਨੇ ਕੀ ਕਹਿਣਾ, ਇਹਦਾ ਮਤਲਬ ਲਿਹਾਜ਼ ਹੀ ਕੋਈ ਨਾ, ਸਿੱਖ ਦੀ ਲਿਹਾਜ਼ ਨਾ, ਪੁੱਤਰਾਂ ਦੀ ਲਿਹਾਜ਼ ਨਾ, ਕੋਈ ਸੇਵਾ ਦੀ ਲਿਹਾਜ਼, ਕੋਈ ਅਸਲ 'ਚ ਬੇਪਰਵਾਹ ਰੱਬ ਦੀ ਮੌਜ ਵਿੱਚ ਰਹਿਣ ਵਾਲੇ ਹੁੰਦੇ ਹੀ ਐਸੇ ਨੇ। ਆਖੋ ਸਤਨਾਮ, ਦੁਨੀਆਂ ਦੀ ਪਰਵਾਹ ਛੱਡੋ, ਰੱਬ ਦੀ ਵੀ ਨਹੀਂ ਕਰਦੇ ਕਦੇ ਕਦੇ, ਉਹਨੂੰ ਵੀ ਕਹਿ ਦਿੰਦੇ ਬੇਨਵਾਜ਼ਾ ਕੁੱਤੇ ਆ, ਇੰਨਾ ਭਲੀ ਰੀਤ ਕਦ ਹੀ ਚੱਲ ਨਾ ਆਇਆ ਪੰਜੇ ਵਸਤ ਮਸੀਤ। ਕਹਿੰਦੇ ਤੂੰ ਰੱਬ ਦਾ ਪਿਆਰਾ ਬਣਿਆ ਫਿਰਦਾ, ਤੇਰੇ ਨਾਲੋਂ ਤੇ ਉਹਨਾਂ ਹਲਟਾਂ ਦੇ ਕੁੱਤੇ ਚੰਗੇ ਜਿਹੜੇ ਤੂੰ ਤੂੰ ਤੇ ਕਰਦੇ ਆ, ਹਰ ਹੱਟ ਵੀ ਤੂੰ ਤੂੰ ਕਰਿਆ, ਬੋਲਿਆ ਭਲੀ ਬਾਣ ਬੰਦਿਆ, ਤੇਰੀ ਤੇ ਜ਼ਬਾਨ ਵਿੱਚੋਂ ਕਦੇ ਤੂੰ ਨਹੀਂ ਨਿਕਲਦਾ, ਸੌਂਦਾ ਬਹਿੰਦਾ ਉੱਠਦਾ ਜਾਗਦਾ ਮੈਂ ਕਰਦਾ। ਸਤਨਾਮ, ਤੇਰੇ ਨਾਲੋਂ ਤੇ ਮਸ਼ੀਨਾਂ ਚੰਗੀਆਂ, ਤੂੰ ਤੂੰ ਤੇ ਕਰਦੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਸੁਣਦਾ ਨੀ, ਇੱਕ ਵਾਰੀ ਕਿੰਨੀ ਵਾਰ ਤੈਨੂੰ ਸਮਝਾ ਲਿਆ, ਰੋਕ ਰੋਕ ਕੇ ਤੈਨੂੰ ਆਖ ਲਿਆ, ਏਡਾ ਢੀਂਡ ਹੈ ਤੂੰ। ਗੁਰੂ ਅੰਗਦ ਦੇ ਪਾਤਸ਼ਾਹ ਨੂੰ ਬਚਨ ਕਰਦੇ ਕੀਤਾ ਪਾਏਗਾ ਆਪਣਾ, ਕਹਿੰਦੇ ਜੀ ਉਸੇ ਵੇਲੇ ਭਾਈ ਲੈਣਾ ਜੀ ਨੇ ਕਦਮ ਰੋਕ ਲਏ, ਪਾਤਸ਼ਾਹ ਇਹ ਬਚਨਾਂ ਦੀਆਂ ਵੇੜੀਆਂ ਤੁਸੀਂ ਚਰਨੀ ਪਾ ਦੀਆਂ, ਹਮਰੇ ਨੇਰੇ ਭਾਜੇ ਜਾਹੋ ਨਾ ਆਵੋ ਫੇਰੇ। ਮਨ ਚ ਤੇ ਠਾਣ ਲਿਆ ਵੀ ਮਰਦ ਦੇ ਪਿੱਛੇ ਨਹੀਂ ਜਾਣਾ, ਪਰ ਸਤਿਗੁਰੂ ਇਸ ਗੱਲ ਤੋਂ ਵੀ ਔਖੇ ਹੋ ਰਹੇ ਆ, ਕਹਿੰਦੇ ਤੂੰ ਸਾਡੇ ਕੋਲ ਕਿਉਂ ਖੜਾ,
की मतलब है तेरा इतने खड़ा होना, भाजा इतो। सच्ची दस्यो किसी गुरुद्वारे तुहानू कोई बांह फड़ के आखे भी जी अज तो बड़े आते वेखी आदमी दुबारा नहीं ना। मापे भी पुत नू बांह फड़ के कहना घरों कढ के भी जा भाजा तेरा घर नहीं तू साडा नहीं लगता साडा कुछ नहीं लगता। वो भी कहंदा है मेरी मां मैनू प्यार नहीं करती मेरा प्यो मेरा कुछ नहीं लगता। वो भी बदल जाता है। धन सी भाई लैना सुना भी औखा लगता है। इन्ने शब्द महाराज ने वरत ले कहते भाजा इतने नहीं खड़ना चाहिए। सोटियां मारी पत्थर मार दिते शिकारी कुत्ते पिछे ला दिते किड्डा वड्डा सिदक होना डोले ना पर गुरु के बचने अगे कदम रोक ले। सतगुरां का हुक्म है करतारपुर चलिया जा रहा जाना चाहिए पर चेत नहीं सी करता पातशाह नूं छड्ड के जावां। बचन सुनत लहना ता बतायो पाछे को नह नैक लखायो। भाई लहना जी ने सोचिया भी जे मैं सतगुरां नूं छड्ड के जाना मेरी पिट होगी। जंगल च ना पुठे पैर चल पे पुठे पैर माफ करो मैं भी बेची हाँ बाहर नहीं हाँ असी तो ना गुरुद्वारे चो कथा तो बाद इदा उठ के जाइए जो मैं थिएटर च फिल्म नहीं खत्म होती पिट करके तुरे होंगे पर कोशिश करिए करता मैं भी बेची हाँ मेथों भी गलतियां होंगे सब तो होंगे बस महाराज कित गुरु कृपा कर दे कि ये सत्कार मान जा। गुरु अमरदास पातशाह गागर होते कि गोइंदवाल साहब कितने गुरु साहब सिर ते भार रखना 84 ਵਰਿਆਂ ਦੀ ਉਮਰ ਤੱਕ 72 ਤੋਂ ਜਿਆਦਾ ਸੀ ਪੁੱਠੇ ਪੈਰ ਤੁਰ ਕੇ ਜਾਂਦੇ ਸੀ ਕਿਤੇ ਮੇਰੇ ਪਾਤਸ਼ਾਹ ਨੂੰ ਮੇਰੀ ਪਿੱਠ ਨਾ ਹੋ ਜੇ ਐਡਾ ਸਤਿਕਾਰ। ਤੇ ਅਸੀਂ ਗੁੜਕਾ ਸਾਹਿਬ ਪੱਟਾਂ ਤੇ ਰੱਖੀ ਬੈਠੇ ਹਾਂ ਗੰਦਿਆਂ ਸਰਾਣਿਆਂ ਤੇ ਰੱਖੀ ਬੈਠੇ ਹਾਂ ਸਾਨੂੰ ਕਿਹੜਾ ਰੱਬ ਬਖਸ਼ੂਗਾ ਸਤਨਾਮ ਹੈ ਕਿਤੇ ਮਾੜਾ ਮੋਟਾ ਆਤਮ ਸਤਿਕਾਰ ਬਣੀ ਦਾ ਉਹਨੇ ਹੱਥਾਂ ਨਾਲ ਚਾਹ ਪੀ ਅਸੀਂ ਤੇ ਗੁਰੂ ਦੀ ਹਜ਼ੂਰੀ 'ਚ ਬੈਠੇ ਚਾਹ ਪੀ ਜਾਂਦੇ ਹਾਂ ਸਾਡਾ ਬਾਤ ਚੱਲੀ ਤੇ ਇੱਥੇ ਰੋਟੀਆਂ ਖਾਣ ਲੱਗ ਜਾਈਏ। ਜੇ ਮਾੜੀ ਮੋਟੀ ਕਿਤੇ ਮਰਿਆਦਾ ਨਾ ਹੋਵੇ ਸਖਤੀ ਨਾ ਹੋਵੇ ਸੰਗਤਾਂ ਸੁੰਗਤਾਂ ਵਾਲਾ ਕੰਮ ਇਹੋ ਜਿਹਾ ਹੈ। ਕਥਾ ਕੀਰਤਨ 'ਚ ਲੋਕ ਚੁੱਪ ਨਹੀਂ ਕਰਦੇ ਜੀ ਉੱਦਾਂ ਕਿੱਥੋਂ ਚੁੱਪ ਕਰ ਜਾਣਗੇ। ਇੱਥੇ ਜਿਹਨੂੰ ਮਹਾਰਾਜ ਸੋਝੀ ਬਖਸ਼ਦੇ ਆ ਜਿਹਦੇ ਸੱਚੇ ਪਾਤਸ਼ਾਹ ਮੇਹਰ ਦਾ ਹੱਥ ਰੱਖਦੇ ਆ ਨਾ ਉਹ ਡਰ ਪੈ ਰੱਖਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਆਏ ਨੇ ਮੇਰੀ ਕੀ ਔਕਾਤ ਮੈਂ ਸ਼ਹਿਨਸ਼ਾਹ ਦੇ ਸਾਹਮਣੇ ਚਾਹ ਦਾ ਗਲਾਸ ਲੈ ਕੇ ਬੈਠਾਂ। ਪਰ ਜਿਹੋ ਜਿਹੀਆਂ ਨੀਤਾਂ ਉਹੋ ਜਿਹੀਆਂ ਮੁਰਾਦਾਂ ਸਤਨਾਮ ਉਹੋ ਜਿਹੀ ਹੈ। ਭਾਈ ਲਹਿਣਾ ਜੀ ਨੂੰ ਸਤਿਗੁਰੂ ਕਹਿੰਦੇ ਖੜਨਾ ਕੋਲੇ ਚਲਿਆ ਜਾ ਕਹਿੰਦੇ ਪਾਤਸ਼ਾਹ ਸੱਤ ਬਚਨ ਪੁੱਠੇ ਕਦਮ ਚੱਲ ਪਏ ਵੀ ਪਿੱਠ ਨਾ ਹੋਵੇ ਇਹ ਹੈ ਪ੍ਰੀਤ। ਪਰ ਅੱਖਾਂ ਸਤਿਗੁਰਾਂ ਵੱਲ ਨੇ ਗੁਰੂ ਨਾਨਕ ਸਾਹਿਬ ਨੇ ਨਹੀਂ ਵੇਖਿਆ ਐਡੀ ਬੇਰੁਖੀ ਵਰਤ ਰਹੇ ਆ ਵੀ ਚੱਲ ਜੇ ਸਾਡਾ ਪਿਆਰਾ ਸਾਨੂੰ ਵੇਖਦਾ ਵੇਖ ਹੀ ਲਈਏ। ਇਸ ਬੇਰੁਖੀ ਪਿੱਛੇ ਵੀ ਪ੍ਰੇਮ ਸਤਨਾਮ ਬੇਤਹਾਸ਼ਾ ਬੇਰੁਖੀ ਦੇ ਪਿੱਛੇ ਵੀ ਪਿਆਰ ਹੁੰਦਾ ਬਹੁਤੀਆਂ ਝਿੜਕਾਂ ਦੇ ਪਿੱਛੇ ਵੀ ਪ੍ਰੇਮ ਛੁਪਿਆ ਹੁੰਦਾ ਹੈ। ਪਰ ਭਾਈ ਲੈਣੇ ਜਾਣਦੇ ਸੀ ਵੀ ਆਹ ਝਿੜਕਾਂ ਪੁੱਤਰਾਂ ਨੂੰ ਨਹੀਂ ਦੇ ਸਕਦੇ ਪੁੱਤ ਨੂੰ ਝਿੜਕੇ ਵੇਖੋ ਚਾਰ ਦਿਨ ਸਿੱਧਾ ਨਹੀਂ ਤੁਰਦਾ ਪਰ ਜਿਹਦੇ ਨਾਲ ਪ੍ਰੇਮ ਹੋਊਗਾ ਉਹ ਤੁਹਾਡੀ ਮਾਰ ਵੀ ਖਾ ਲਊਗਾ ਗਾਲਾਂ ਵੀ ਸੁਣ ਲਊਗਾ ਬੁਰਾ ਵੀ ਸੁਣ ਲਊਗਾ ਇਹੀ ਤੇ ਪ੍ਰੇਮ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਿੱਛੇ ਮੁੜ ਕੇ ਵੇਖਿਆ ਨਾ ਵੀ ਭਾਈ ਲੈਣਾ ਜੀ ਪਿੱਠ ਕਰਕੇ ਨਹੀਂ ਜਾ ਰਹੇ ਉਹਨਾਂ ਦਾ ਮੁੱਖ ਸਾਡੇ ਵੱਲ ਹੈ ਪਰ ਗੁਰਾਂ ਦੀ ਪਿੱਠ ਹੈ। ਰਾਹ ਮਾਹੇ ਜਿਉ ਭਾਗੇ ਸੈਨੰ ਸਭ ਕੱਟ ਗਏ ਓਏ ਸੁਧ ਦੈਨੰ। ਜੀਵ ਦੁਨੀਆਂ ਦੇ ਮਾਲਕ ਥੋੜਾ ਥੋੜਾ ਤੁਰਨ ਲੱਗੇ ਤੇ ਭਾਈ ਲੈਣਾ ਜੀ ਕਦਮ ਕਦਮ ਤੁਰੇ ਜਾ ਰਹੇ ਨੇ ਪਿਛਲੇ ਪਾਸੇ ਸੋਚਦੇ ਭੱਜ ਕੇ ਜਾਵਾਂ ਪਰ ਪਗਡੰਡੀਆਂ ਨੇ ਝਾੜੀਆਂ ਨੇ ਕੰਡੇ ਨੇ ਜੰਗਲ ਦੇ ਪਰ ਅੰਦਰ ਪ੍ਰੀਤ ਸੀ ਅੱਖਾਂ ਸਿਜਲ ਸੀ ਹੰਝੂ ਨੇ ਅੱਖਾਂ ਵਿਛੜਨਾ ਨਹੀਂ ਸੀ ਚਾਹੁੰਦੇ ਸਤਿਗੁਰਾਂ ਪਰ ਬਚਨ ਮੋੜਿਆ ਜਾ ਨਹੀਂ ਸਕਦਾ ਇਉਂ ਲਹਿਣ ਡੋਰੇ ਪੁਰਿਆ ਵਾ ਮਗਮੇ ਠਾਂਡ ਨਾ ਕਹੂੰ ਰਹਾ ਵਾ। ਆਖਰਕਾਰ ਜਦੋਂ ਸਤਿਗੁਰੂ ਜੀ ਅੱਖਾਂ ਤੋਲੇ ਹੋ ਗਏ ਬੜੀ ਦੂਰ ਫਿਰ ਭਾਈ ਲਹਿਣਾ ਜੀ ਮੁੜੇ ਭੱਜੇ ਪਿੱਛੇ ਬੜੀ ਸਪੀਡ ਨਾਲ ਬੜੀ ਤੇਜ਼ੀ ਨਾਲ ਨੰਗੇ ਪੈਰ ਛਿੱਲੇ ਦੇ ਪੈਰ ਛਾਲੇ ਛਾਲੇ ਤਨ ਦੇ ਕੱਪੜੇ ਮੈਲੇ ਹੋ ਚੁੱਕੇ ਕਿੰਨੇ ਦਿਨ ਹੋ ਗਏ ਇਸ਼ਨਾਨ ਨਸੀਬ ਨਹੀਂ ਹੋਇਆ ਕਿੰਨੇ ਦਿਨ ਹੋ ਗਏ ਭੋਜਨ ਨਸੀਬ ਨਹੀਂ ਹੋਇਆ। ਕਿਉਂ ਨਹੀਂ ਹੋਇਆ ਸੁਣਿਆ ਆਪ ਜੀ ਨੇ ਮਰਜ ਪੱਥਰਾਂ ਦੀ ਸੇਜ ਤੇ ਸੌਂਦੇ ਸੀ
कई कई दिन कुछ छकते नहीं सी जो गुरु प्यारे सतगुरु ने नहीं छकिया तो सिख कितों छके साडा तो प्यार यो जहा अपना बीमार पिया हो दूजा सामने बह के कहता लै मैं आह खाऊंगा तू नहीं खा सकता पति मर जाए ना किसी का दुनियावी तौर पर बड़ा कुछ चलता पता है भी मरन तो मर गया घर वाली जाती किचन च दो पिनिया खा लिया बहर आके किसी ने चाह पिलानी है घुट घुट वह क्यों नहीं पीती उन्होंने पता है कि दुध डपया होीत है मरन वाला मर गया खाने वाला मुझ जाता है वेखियो तुम संस्कार तो आते लोग दंद कड़ते होंगे भोग ते बैठे जो अरदास हो तो बड़े भावुक बड़ा चिताउणगे प्यार है बाहर वेखियो कि लंगर छकते हुए गल्लां करते कहिंदे पकौड़े ठंडे हो गए है कोई कम किसे नूं नहीं हुंदा ऐसा ही होना कलयुग दे विच किसे नूं कोई गम नहीं बस ठीक है कहिंदे जो गया पर भाई लहना जी नेत्र परे भज के करतारपुर साहिब आए कहते इन्हों आते वेख्या तन के वस्त्रां का हाल की है भुख नाल शरीर की बुरी हालत है संगत ने वेख्या भी कितने शायद मर्ज नहीं इन्हों भी पत्थर मारे मारे भी है जिथे संगत धर्मशाला च बैठिया ने दौड़ के उठे आ गए इतक सिख बैठे पुर माही जिनको मोह सदन धन नहीं इत्थे बड़ी प्यार ते भावना वालियां संगतां बैठियां सी शरदा वालियां उन्होंने भाई लहना जी नूं आउंदे वेख्या भज के आए भी की हो गया जिन्हां सिखां नूं घर नाल कोई मोह नहीं सी कोई मोह नहीं धीआं पुत्तां नाल इहदा की मतलब है परिवार छड़ दईए गुरु साहब कहिंदे नहीं परिवार का प्यार नहीं छड़ना ते मोह करना कदे नहीं आखो सतनाम प्यार ते मोह अलग अलग चीजां मोह कहिंदा मेरा पुत मेरा ही है आज्ञाकारी है मैं इत्थों बाहर नहीं जा सकता पर प्यार कहिंदा है कोई पता नहीं इत्थे कोई किसे दा नहीं कई बार पुत्र भी मापियां दे कतल करदे वेखे मैं हुंदे आ चल रहे है किथे आ मोह मापे मरते फिरते औलाद के पिछे ते बच्चे मखौल लाते फिरते कहते बापू डिप्रैशन च है बेबे कहने तो बार साडा कहना नहीं मनते जदों उन्हां सिखां ने वेख्या जिन्होंने मोह छड्डिया सी भाई लहना जी कोल आ गए कई ते हसदे सी कहिंदे सानूं पता सी कि साडे बज्जियां बज्जणियां इन्हां दे वी आखो सतनाम हर तरहां दा बंदा सी कहिंदे भाई लहना जी दीआं अखां भरियां होईआं थके होए भज के आए आ सिख कोल आ के घेरा पाया कहिंदे महापुरखो की हो गया क्यों भज के आए हो क्यों साहो साही होए हो सो लहने के ढिग चल आए पूछत कस तब हाल बिहाए इहदे भाई लहना जी दा हाल पुछदे आ ओ प्रेम वाले हाल पुछदे प्रेम वाले ज्यादातर दुनिया हाल पता किदा पुछदी है लोकी पुछदे तुहाडे पैसे दा हाल औहदियां दा हाल पदार्थां दा हाल बंदे को पुछ रहे जिदन बंदे को रुतबा चलिया जाए माया के पदार्थ चले जाने बंदा तो यही होंगे अपने भी पानी मंगे तो चुभता है भी सिर खाई जाता है पर प्रेम वाली संगत उन्होंने कोई लालच नहीं होंगे पदार्थों का वो तो छड़ के आए सारा कुछ भाई लहना जी को खड़ा के पूछ लगे कहते थानू की हो गया ये हालत क्यों ऐसी बनाई है पता सी भुखे प्यासे नहीं है पर नेत्रां विचों अथरू वगदे ने शर्म शिकर आनन पर आए चढ़ियो सवास क्यों ऐसे ताए सा चढ़िया सी बुल सुके सी मथे ते सवेत पसीना चोरिया सी गुरु के सिखा ने भाई लहना जी नूं फड़िया गलवकड़ी च लिया बड़े प्यार नाल बिठाया की हो गया पातशाह नूं कित्थे छड्ड आए हो देखो सिख पुछदे आ बाकी ते मेरे वर्गे बेचारे झोले कट्ठे करदे फिरदे सी कहिंदे आपां तां नहीं आउंदे यार मर्द ने डांगा मारियां कोई इज्जत भी हुंदी है असी सिखी चाहे सी गुरु साहब पत्थर मारदे सारे पर ये प्रेम वाले सिख सी ना जिहड़े उड़ीकदे सी करतारपुर साहब बैठे भी पता नहीं मर्द की कहड़ी मौज है क्यों ऐसा करते आ पर एक विश्वास सी भी भाई लहना जी अजे तक मुड़ के नहीं आए हो सकता है पातशाह छेती बड़े आउण पर दिल टुट गया जो भाई लहना जी ने वेख्या भी मर्ग से आए ये भी वापस आ गए पसीना आया थके हुए ने सह चढ़िया हुए बुल सुके हुए ने जय शुद्ध श्री गुर के जैसे
तुझ सो वर्ती कहिए कैसे। बड़े आदमी नाल बिठा के सिखा ने भाई लैणा जी नु जल छटाया पुछदे आ ओ रब दे प्यारिया कोई खबर सुना गुरु नानक पातशाह दी केड़िया लत छड़ के आए किथे ने ओ। उन्होंने नहीं गिला किया भी सानू झड़किया मर्द ने साढ़े पत्थर मारे साढ़े पिछे कुत्ते पाते आओ साढ़े भी लगते हैं पर जिथे प्रेम है कहते ज्यों ज्यों ठोकरा वजी जांदियां त्यों त्यों निखरी जांदे हैं। जिवें जिवें पातशाह ने इन्हां नूं लताड़िया ना धक्किया सुटिया दूर किया सिखां दी शरदा उन्नी सी कहते महापुरखो दसो किथे ने गुरु पातशाह किहड़े हालां च ने वापस क्यों नहीं आए। लहने सब सिख बिठारे हित सो तिन के चरण पखारे। बचन कहते संगतां दे मित्र भरे हुए भाई लैणा जी ने सारी संगत नूं बिठाया कहते मेरी बेनती मनो बह जाओ सारे एक प्रात लई वड्डी जल लै लिया एक सिख नूं नाल लिया जिन्हां सिखां ने पुछिया सी गुरु नानक साहब दा हाल की है भाई लैणा जी ने प्रेम सहित उन्होंने चरण धोते अख सतनाम मेरे गुरु प्रेम करने वाले है इन्ना सत्कार कहते उन्होंने सिखा मजबूर किया भी तुम चरण धोवाओ। मैं फिर दसांगा हाल ही है सिखा मनना पैना कहते बंदगी वाले सिखा के भाई लैणा जी ने चरण धोते गुरु अंगद के पातशाह ने ऐसी निम्रता दे मालक आप परमात्मा परमेश्वर रब और रब च एडी निम्रता अज रब का सिख बनिया होया वो कहिंदा परे हो जो मेरे वर्गा ज्ञान आसू कोई नहीं आखो सतनाम मेरे कोल ही सारा कुछ एडा कट्टड़वाद साडे च क्यों आ गया जी च नफरत भरी हुई है। भाई लैणा जी ने सिखां नूं कोल बिठाया कहते संगत जी गुरु परमेश्वर ने उन्हां दी इह लीला है जो वरता रहे आ ना उन्हां दे जोज हन लगे ओ समेद करन कटवनी मृदल मदर के शीतल माने। देखियो सिखो कहते सिदक तो ना डोल दियो ए रंग ने उस करतार ते कदे ओ केड़िया रंगा विच कदे केड़िया रंगा उहदी कुदरत भी ऐसी साजी रंगी रंगी भाती कर कर जिनस माया दी उहदे जो जी उहदे रब दे ऐसे आ। कहते सिखो गुरु नानक ओह ही ने जिहड़े उठ के संघासन तो जप्पी बा मिलदे सी अज भी ओही ने बस एक चोज ऐसा वरताया दोहरा कली काल नर तार बे रूप तरह कर तार कलयुग दे लोकां नूं तारन वास्ते आप परमेश्वर ने रूप धारण किया होया ते साडी परख करदे आ साडे संजम दी कसवटी ला रहे आ ओह वेखदे आ भांडे कच्चे पक्के किवें दे हन नहीं मनुख समझान के परमोर दे मयार। हाथ जोड़ के बेनती करती संगत जी मत गुरु नानक साहब जी नु मनुख समझ के किते भरम जायो आखो सतनाम मनुखा शरीर चाहे ने पर मनुख नहीं आप नारायण कला धार जग में अज सिखी दिया स्टेजां ते की सुनाया जांदा है भी गुरु साहब ते जी मनुखां वर्गे सी कल कहोगे साडे वर्गे सी कहन लगे भी बाबा दीप सिंह खंडा नहीं चला सकते सी क्यों क्योंकि यार जे मैं उठ के नहीं नहा सकता किवें चला लेंगे जे मेरे तो पाठ नहीं हुंदा मैं सवेरे जाग नहीं सकता मैं सेवा नहीं कर सकता इट नहीं चुक सकता तो किवें कर लेंगे। मतलब असी अपने वर्गा बना लिया सारिआं नूं भी जिहो जिहे असी सी उहो जिहे साडे गुरु सी नहीं गुरु परमेश्वर ने मनुख नहीं ने मनुख भुलण हार है मनुख तो गुनाह ते गलतियां हुंदियां ने गुरु बख्शण हार है। चौपाए श्री परमेश्वर को अवतारा अपन लखो सो मोख उदारा। संगत जी भटके उना भरमे उना ए चोज ने उना दियो परख के वेख दे भी कच्चे भजणगे ते पक्के रहणगे ते पक्के थिरकणगे भी। सिख कहिंदे कदों तक हो कहिंदे मौज है मन ओह करमां दे थोड़ा बंदे होए किसे ते अपनी मौज है चौण ते गलणन ला लैण चौण ते पत्थर मार क्योंकि अवतार परमेश्वर दे ने रब दे ने परमात्मा नूं कौण आखे वजीदा साहिब नूं कौण आखे इंज नीता इंज कर कोई रब नूं समझा सकदा
तू ऐदा नहीं कर सकता, आ नहीं कर सकता, उहदे ते कुछ लागू हो सकता है, उहदे ते काल भी लागू नहीं क्योंकि वह अकाल है। कहिंदे भाई लैणा जी ने संगतां नूं बचन दे के भरोसा दिता, डोलिओ ना, इहो गुरु नानक सानू गल नाल लाउणगे, प्यार जताउणगे। सिखो इस तो भी वध भयानक ते क्रूर रूप गुरु नानक साहिब धारण कर लैण, मत किते सोचियो भी गुरु मनुख है। आखो सतनाम गुर परमेश्वर एको जान रब ने, परमेश्वर ने उस रब के रंग ने, असि उन्होंने रंगा में रंगना है, रंगा का विरोध नहीं करना, समाना है, वह परख रहे हैं सानू कि जो भाई लैने के बचन सुने ना, संगतान हौसला हो गया भी पातशाह हूँ भावे ना सिर भी कट ली ता भी नहीं डोलते, क्योंकि हौसला देने वाले वो ने जे आप कदे नहीं डोले। अज तो हाल यह जहा हौसला सानू पता कि दू ज दुनिया का सारे तो डरपोक बंदा, यार डरना आप भी तो इन करता सी, वह बंदे सानू हौसला दें फोन करके कहते चिंता ना करो मैं ना आना, मैं यार ये तेरे दिलासे ने, सब तो पहला तेरे ही फोन स्विच ऑफ होना, तू ही नहीं चकना लोड़ पी। डरे हुए बंदे जेडे महल च कट हो जाए अंदरों बहर नहीं आते भी गवंढ़ियों की लड़ाई होगी कि साडा नाम आ जाए, वह बंद अज एक दूजे ने दिलासा देते फिरते हैं, कह आप खड़े हाँ, तेरा यार खड़ा, तेरा बाई खड़ा, तेरा वीरा खड़ा है, आ वीरे पूरे खीरे कोई नहीं लगते होंगे, गुरु नाल है, गुरु अंग संग है, जिदे को हौसला उही दे सकता है, डरपोकां दे हौसले ते इहो जी होंदे आ। हुण भाई लैणा जी ने आप चलिया मर्जी बड़े ने ना, फिर उन्होंने देना ना हौसला आ के, बाकी गुरु पुत्र भी बैठे आ उन्हां कोल आके पुछदे महाराज नूं, कहिंदे पता नहीं जी सानूं नहीं पता, बापू जी का हिसाब नहीं आता सानू, बाबा लक्ष्मी चंद जी सानू नहीं पता, पर भाई लैणा अपने गुरु की गलती चुकते अपने प्यारे बारे आखते कहते वो डोल नहीं सकते डुला नहीं सकते, जे सानू डुलाउणगे भी ते बचाउणगे भी आप ही। सतनाम सिखो शरदा रखियो अरदास करियो नितनेम गुरु आप ही मर जाओगे, बड़ा परखणगे सानू असी डोलना नहीं, संगता प्रसन्न होइया प्रशादा छकिया उड़ीकते ने पातशाह नूं समा समाप्त है जी भी कृपा करे कल आनंद माणांगे। वाहे गुरु वाहे गुरु।